ਤਰਨ ਤਾਰਨ ਨਗਰ ਕੌਂਸਲ ਦਫ਼ਤਰ ਵਿਖੇ ਦੇਸ਼ ਦੀ ਆਜ਼ਾਦੀ ਦੀ 71ਵੀਂ ਵਰੇਗੰਢ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਨੇ ਰਾਸ਼ਟਰੀ ਤਿਰੰਗਾ ਲਹਿਰਾਇਆ। ਉਹਨਾਂ ਨਾਲ ਡਾਕਟਰ ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ ਤੇ ਹੋਰ ਕਈ ਕਾਂਗਰਸੀ ਵਰਕਰ ਅਤੇ ਮੋਹਤਬਰ ਹਾਜ਼ਰ ਸਨ। ਇਸ ਮੌਕੇ ਸਕੂਲ ਦੇ ਬੱਚਿਆਂ ਰਾਸ਼ਟਰੀ ਗੀਤ ਗਾਇਆ ਤੇ ਸਲਾਮੀ ਦਿੱਤੀ ਗਈ। ਹਲਕਾ ਤਰਨ ਤਾਰਨ ਦੇ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਨੇ ਸ਼ਹਿਰ ਵਾਸੀਆਂ ਨੂੰ ਇਸ ਨਗਰੀ ਨੂੰ ਜਲਦ ਹੈਰੀਟੇਜ ਸਿਟੀ ਬਣਾਉਣ ਦਾ ਭਰੋਸਾ ਦਿਵਾਇਆ ਅਤੇ ਕੈਪਟਨ ਸਰਕਾਰ ਦੀ ਸ਼ਲਾਘਾ ਕੀਤੀ। ਪੰਜਾਬ ਸਰਕਾਰ ਦੇ 31,000 ਲੱਖ ਦਾ ਜਿਹੜਾ ਇਹਨਾਂ ਨੇ ਸੀਸੀ ਲਿਮਿਟ ਬਣਾਈ ਸੀ ਔਰ 11 ਮਾਰਚ ਨੂੰ ਰਿਜ਼ਲਟ ਆਉਣੇ ਸਨ। ਪਤਾ ਨਹੀਂ ਕਿਹਦੀ ਸਰਕਾਰ ਬਣਨੀ ਸੀ, ਹਰ ਇੱਕ ਦੇ ਵੱਖੋ ਵੱਖਰੇ ਕਿਹਾ ਸਨ। ਅਕਾਲੀ ਦਲ ਕਹਿੰਦੇ ਸਾਡੀ ਸਰਕਾਰ ਬਣਨੀ ਆ, ਆਮ ਆਦਮੀ ਪਾਰਟੀ ਆਪਣੀ ਸਰਕਾਰ ਔਰ ਕਾਂਗਰਸ ਨੂੰ ਇਹ ਵੀ ਸੀ ਕਿ ਸਾਡੀ ਸਰਕਾਰ ਬਣੂਗੀ। ਔਰ 10 ਮਾਰਚ ਵਾਲੇ ਦਿਨ ਉਹ ਤੁਸੀਂ ਸਾਰੇ ਪੜ੍ਹੇ ਲਿਖੇ ਪਿੱਛੇ ਨੇ, ਬਹੁਤ ਸਾਰੇ ਜਿਹੜੇ ਨੇ ਆੜਤੀ ਐਸੋਸੀਏਸ਼ਨ ਦੇ ਨਾਲ ਇੱਥੇ ਸੰਬੰਧਿਤ ਨੇ, ਉਹ ਮੇਰੇ ਨਾਲ ਬਿਹਤਰ ਜਾਣਦੇ ਨੇ। ਉਹ ਜਿਹੜੀ 31,000 ਕਰੋੜ ਰੁਪਏ ਦੀ ਸੀਸੀ ਦੀ ਲਿਮਿਟ ਸੀ, ਉਹਨਾਂ ਨੂੰ ਬਾਦਲ ਸਰਕਾਰ ਨੇ ਲੋਨ ਵਿੱਚ ਕਨਵਰਟ ਕਰ ਦਿੱਤਾ ਵੀ ਸਾਡੇ ਸਿਰ 'ਤੇ ਲੋਨ ਤੁਸੀਂ ਪਾ ਦਿਓ। ਲਿਮਿਟ ਜਿਹੜੀ ਸੀ ਉਹ ਬਰਾਬਰ ਕਰਤੀ, ਉਹ 31,000 ਰੁਪਏ ਕਰੋੜ ਦਾ ਹੋਰ ਜਿਹੜਾ ਵਾ ਨੁਕਸਾਨ ਜਿਹੜਾ ਇਸ ਵੇਲੇ ਪੰਜਾਬੀਆਂ ਨੂੰ ਆਪਣੇ ਸਾਰਿਆਂ ਨੂੰ ਹੋ ਰਿਹਾ। ਔਰ ਉਹਦਾ 270 ਕਰੋੜ ਰੁਪਇਆ ਹਰ ਮਹੀਨੇ ਵਿਆਜ ਹੀ ਜਾਣਾ, ਜੇ 31,000 ਕਰੋੜ ਰੁਪਏ ਦਾ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਕਿੱਥੋਂ ਦੇਵਾਂਗੇ। 71ਵੇਂ ਅੱਜ ਆਜ਼ਾਦੀ ਦੀ ਵਰ੍ਹੇਗੰਢ 'ਤੇ ਮੈਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਔਰ ਖਾਸ ਕਰਕੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ, ਕਾਂਗਰਸ ਪਾਰਟੀ ਵੱਲੋਂ ਇਹ ਵਾਹਿਗੁਰੂ ਕੀ ਅਰਦਾਸ ਕਰਦਾ ਕਿ ਇਹ ਜਿਹੜਾ ਸਾਲ ਵਾ ਸਾਡੇ ਸ਼ਹਿਰ ਦੇ ਲਈ, ਸਾਡੇ ਇਲਾਕੇ ਦੇ ਲਈ ਸੁੱਖ ਸ਼ਾਂਤੀ ਦਾ ਆਵੇ ਔਰ ਅਸੀਂ ਰਲ ਮਿਲ ਕੇ ਸਾਰੇ ਇਸ ਹਲਕੇ ਦੀ ਤਰੱਕੀ ਦੇ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੀਏ।